ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਦਾਸ, ਭਾਈ ਸੁਖਵਿੰਦਰ ਸਿੰਘ ਨਾਗੂਕੇ, ਹਜੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੰਜ ਮੈਂਬਰੀ ਜਥੇਦਾਰ ਹਵਾਰਾ ਕਮੇਟੀ ਅਮਰੀਕਾ। ਸਾਧ ਸੰਗਤ ਜੀ, ਪਿਛਲੇ 2-4 ਮਹੀਨੇ ਤੋਂ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਇਨ੍ਹਾਂ ਨੇ ਆਪਣੀ ਜਥੇਬੰਦੀ ਦਾ ਐਲਾਨ ਕੀਤਾ ਤੇ ਅਸੀਂ ਅਮੈਰੀਕਾ ਤੋਂ ਇਸ ਦੀ ਹਮਾਇਤ ਕੀਤੀ। ਅਸੀਂ 5 ਮੈਂਬਰੀ ਜਥੇਦਾਰ ਹਵਾਰਾ ਕਮੇਟੀ ਵੱਲੋਂ ਵੇਖੋ, ਅਸੀਂ ਇਨ੍ਹਾਂ ਦੀ ਹਮਾਇਤ ਕੀਤੀ ਸੀ, ਫੁੱਲ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਸਾਧ ਸੰਗਤ ਜੀ, ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਵੀ ਇਨ੍ਹਾਂ ਦੀ ਹਮਾਇਤ ਕੀਤੀ। ਸਾਧ ਸੰਗਤ ਜੀ, ਸੱਚ ਨੂੰ ਸੱਚ ਕਹਿਣਾ, ਇਹ ਸਾਨੂੰ 1978 ਤੋਂ ਲੈ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾ ਤੇ ਅੱਜ ਤੱਕ ਸਾਰਾ ਸੰਘਰਸ਼ ਪਿੰਡੇ ਤੇ ਹਟਾਇਆ, ਨਜ਼ਰਬੰਦੀਆਂ ਕੱਟੀਆਂ, ਜੇਲਾਂ ਕੱਟੀਆਂ, ਸਭ ਕੁਝ। ਤੇ ਜੋ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਦੇ ਵਿਚ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਕੀਤੀ, ਅਸੀਂ ਸੱਚ ਬੋਲਿਆ। ਜੇ ਅਮਰੀਕਾ ਦੇ ਵਿਚ ਬੇਅਦਬੀ ਕੀਤੀ ਜਿਨ੍ਹਾਂ ਲੋਕਾਂ ਨੇ, ਸਾਡੇ ਆਪਣੇ ਸਿੱਖਾਂ ਨੇ ਕੀਤੀ, ਅਸੀਂ ਉਨ੍ਹਾਂ ਨੂੰ ਨੰਗਿਆਂ ਕੀਤਾ। ਸਾਧ ਸੰਗਤ ਜੀ, ਹੁਣ ਕੱਲ ਦੀ ਘਟਨਾ ਜਿਹੜੀ ਵਾਪਰੀ ਆ ਅਜਨਾਲੇ, ਅੱਜ ਤੱਕ ਮੈਂ ਆਪਣੀ ਉਮਰ ਦੇ ਵਿਚ ਅੱਜ ਤੱਕ ਕਿਸੇ ਵੀ ਪ੍ਰੋਟੈਸਟ ਦੇ ਵਿਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਮੂਲੀਅਤ ਨਹੀਂ ਵੇਖੀ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਅਸੀਂ ਖੜਦੇ ਹਾਂ, ਅਸੀਂ ਸੜਕ ਸਾਫ ਕਰਦੇ ਹਾਂ, ਫਿਰ ਅਸੀਂ ਪਾਣੀ ਤਰੌਂਕਦੇ ਹਾਂ, ਫਿਰ ਤੇ ਘਟਾ ਨਾ ਪੈ ਜੇ। ਸਾਧ ਸੰਗਤ ਜੀ, ਕੱਲ ਜਿੰਨਾ ਉਥੇ ਧੂੜ ਉੱਡੀ, ਜਿੰਨੀਆਂ ਉਥੇ ਡਾਂਗਾਂ ਸੁੱਟੇ ਉਥੇ ਚੱਲੇ, ਮੈਂ ਨਾ ਭਾਈ ਜੇ ਕਿਤੇ ਜਿਹੜੀ ਆਪਣੇ ਆਪ ਨੂੰ ਅਖੌਤੀ ਪੰਥਕ ਘਵਾਉਣ ਵਾਲੇ ਬਾਦਲ ਹੁੰਦੇ, ਉਹਨਾਂ ਦੀ ਸਰਕਾਰ ਹੁੰਦੀ, ਤੇ ਸਾਡੇ ਸਿੱਖ ਨੌਜਵਾਨ ਇਸ ਤਰ੍ਹਾਂ ਪ੍ਰੋਟੈਸਟ ਕਰਦੇ ਤੇ ਕੱਲ ਫਿਰ ਉਹਨਾਂ ਨੇ ਸਾਡੇ ਚੁਣ ਚੁਣ ਕੇ ਮਾਰਨੇ ਸੀ। ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਦਾਤ ਦੇਣਾ ਵਾ ਜਿਨ੍ਹਾਂ ਨੇ ਸਬਰ ਕਰਕੇ ਕੱਲ ਇਸ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਕੇ ਉਹਨਾਂ ਨੇ ਬਹੁਤ ਨਿਰਮਤਾਈ ਵਰਤੀ ਆ ਤੇ ਜੋ ਕੁਝ ਉੱਥੇ ਹੋਇਆ, ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਇਹ ਬੇਅਦਬੀ ਹੋਈ ਆ। ਤੇ ਇਹ ਜਿਹੜੇ ਲੋਕ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਤਲਬ ਕਰਦੇ ਆ, ਹੁਣ ਇਹ ਵੇਖਣਾ ਵੀ ਇਹ ਕਦੋਂ ਇਹ ਤਲਬ ਕਰਦੇ ਆ ਜਾਂ ਨਹੀਂ ਕਰਦੇ। ਇਹ ਬਿਲਕੁਲ ਅਸੀਂ ਇਹਦੇ ਨਾਲ ਸਹਿਮਤ ਨਹੀਂ ਗਏ। ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਜਿਹੜੀ ਘਟਨਾ ਜਿਹੜੀ ਕੱਲ ਦੀ ਵਾਪਰੀ ਆ, ਬਿਲਕੁਲ ਨਿੰਦਣ ਯੋਗ ਆ। ਪ੍ਰੋਟੈਸਟ ਹੁੰਦੇ ਆਏ ਆ, ਹੋਣੇ ਵੀ ਆ, ਇਹ ਸਾਨੂੰ ਹੱਕ ਵੀ ਆ, ਅਸੀਂ ਉਹਦੇ ਬਾਰੇ ਦੇ ਵਿਚ ਕੋਈ ਗੱਲ ਨਹੀਂ ਕਰਦੇ, ਪਰ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਹੋਈ ਆ ਉਹ ਬਿਲਕੁਲ ਗਲਤ ਹੋਈ ਆ। 29 ਤਰੀਕ ਨੂੰ ਮੈਂ ਇਹਨਾਂ ਦਾ ਲਾਈਵ ਭਾਸ਼ਣ ਵੀ ਸੁਣਿਆ ਵਾ ਮੋਰਚੇ ਦੇ ਵਿਚ, ਉਥੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਉਥੇ ਕਿਹਾ ਵਾ, ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਕੇ ਕੀ ਕਰੋਗੇ। ਸਾਧ ਸੰਗਤ ਜੀ, ਉਹਨਾਂ 32-32 ਸਾਲ ਹੋ ਗਏ ਆ ਉਹਨਾਂ ਨੂੰ ਜੇਲਾਂ ਦੇ ਵਿਚ, ਉਹਨਾਂ ਧਰਮ ਦੀ ਖਾਤਰ, ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ ਉਹ ਜੇਲਾਂ ਦੇ ਵਿਚ ਆ, ਤੇ ਜਿਹੜਾ ਹਾਲੇ 32 ਘੰਟੇ ਨੀ ਹੋਏ ਤੇ ਤੁਸੀਂ ਪ੍ਰੋਟੈਸਟ ਕੀਤੇ ਆ 32 ਘੰਟਿਆਂ ਦੇ ਵਿਚ? ਨਾ ਉਸ ਬੰਦੇ ਨੇ ਕੋਈ ਏਡਾ ਕੋਈ ਧਰਮ ਵਾਸਤੇ, ਕੋਈ ਪੰਥ ਵਾਸਤੇ, ਕੋਈ ਦੇਸ਼ ਵਾਸਤੇ, ਕੋਈ ਕੌਮ ਵਾਸਤੇ ਉਹਨੇ ਕੋਈ ਕੰਮ ਕੀਤਾ ਵਾ ਜਿਹਦੇ ਵਾਸਤੇ ਤੁਸੀਂ ਪ੍ਰੋਟੈਸਟ ਕਰਨ ਗਏ? ਉਹ ਤਾਂ ਆਪਸੀ ਝਗੜਾ ਸੀਗਾ, ਉਹਦੇ ਵਾਸਤੇ ਤੁਸੀਂ ਪ੍ਰੋਟੈਸਟ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦੇ ਵਿਚ ਕੀਤਾ, ਇਹ ਬਿਲਕੁਲ ਨਿੰਦਣ ਯੋਗ ਆ। ਮੈਂ ਇਸ ਚੀਜ਼ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਗਾ। ਇਹ ਸਜ਼ਾ ਦਾ ਹੱਕਦਾਰ ਆ, ਇਹ ਪੰਥਕ ਰਵਾਇਤਾਂ ਅਨੁਸਾਰ ਇਹਨੂੰ ਤਲਬ ਹੋਣਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ, ਤੇ ਇਹਨੂੰ ਤਨਖਾਹ ਲੱਗਣੀ ਚਾਹੀਦੀ ਆ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।